ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਾਬਾ ਕਾਲਾ ਸਕੂਲ ਮਹਾਰਾਜ ਆਏ ਹਾਂ ਇੱਥੇ ਮੈਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਪੜ੍ਹਿਆ ਅੰਦਰ ਦੇਖਦੇ ਹਾਂ ਜਾ ਕੇ ਸਾਡੇ ਸਰ ਹੋਣਗੇ ਪਹਿਲਾਂ ਸਰਾਂ ਨੂੰ ਹੀ ਮਿਲਦੇ ਆਪਾਂ ਅੱਜ ਸਰ ਸਾਨੂੰ ਪਹਿਲੀ ਮਿਲ ਗਏ ਜਦੋਂ ਗੇਟ ਦੇ ਅੰਦਰ ਆਏ ਨਾ ਪਹਿਲੀ ਮਿਲ ਗਏ ਸਰ ਲੈ ਸਾਨੂੰ ਇਹ ਸਰ ਮੈਨੂੰ ਦੂਜੀ ਤੋਂ ਲੈ ਕੇ ਦੂਜੀ ਤੀਜੀ ਕਲਾਸ 'ਚ ਪੜ੍ਹਾਇਆ ਇਹ ਸਰ ਨੇ ਮੈਨੂੰ ਬੜੀ ਯਾਦ ਆਉਂਦੀ ਸੀ ਬੜੀ ਮਿਲਣ ਨੂੰ ਮੈਨੂੰ ਜੀ ਕਰਦਾ ਸੀ ਹੈ ਨਾ ਅੱਜ ਲੈ ਮਿਲ ਗਏ ਪਹਿਲਾਂ ਹੀ ਮਿਲ ਗਏ ਸਰ ਸਾਰੀਆਂ ਮੈਡਮਾਂ ਤੋਂ ਅਤੇ ਬੜਾ ਵਧੀਆ ਮਿਲ ਗਿਆ ਬੱਚਾ ਆਪਣਾ ਪੜ੍ਹਾਇਆ ਨੂੰ ਮੈਂ ਸੈਕਿੰਡ ਥਰਡ 'ਚ ਬਚਪਨ 'ਚ ਤਾਂ ਬਹੁਤ ਸ਼ਰਾਰਤੀ ਹੁੰਦਾ ਸੀ ਤੁਹਾਨੂੰ ਤਾਂ ਚਲੋ ਬਹੁਤ ਸਿਆਣਾ ਹੋ ਗਿਆ ਅੱਗੇ ਜਾਊਗਾ ਹੋਰ ਉੱਪਰ ਠੀਕ ਹੈ ਸਰ ਹਾਂਜੀ ਠੀਕ ਹੈ ਜੀ ਆ ਜਾਓ ਲਾਉਂਦੇ ਹਾਂ ਸਕੂਲ ਦਾ ਰਾਊਂਡ ਆਪਾਂ ਹਾਂਜੀ ਸਿੱਖਿਆ ਸਭ ਤੋਂ ਚੰਗੀ ਮਿੱਤਰ ਹੈ ਇਹ ਸਿੱਖਿਅਤ ਮਨੁੱਖ ਹਰ ਜਗ੍ਹਾ ਸਨਮਾਨ ਪਾਉਂਦਾ ਹੈ ਸਹੀ ਗੱਲ ਹੈ ਵੀਰੇ ਗੁਰੂ ਮਾਪੇ ਅਤੇ ਚੰਗੀ ਸੰਗਤ ਮਨੁੱਖ ਨੂੰ ਖੁਸ਼ਹਾਲ ਬਣਾਉਂਦੇ ਹਨ ਜਮਾਂ ਇਹ ਸਾਡਾ ਬਾਬਾ ਕਾਲਾ ਸਕੂਲ ਆ ਵੀਰੋ ਬੜਾ ਸੋਹਣਾ ਸਕੂਲ ਆ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦੀਆਂ ਯਾਦਾਂ ਮੇਰੀਆਂ ਇੱਥੇ ਜੁੜੀਆਂ ਹੋਈਆਂ ਤੁਹਾਨੂੰ ਸਾਰਿਆਂ ਨਾਲ ਮਿਲਾਉਣੇ ਸਾਡੇ ਪ੍ਰਿੰਸੀਪਲ ਸਰ ਨਾਲ ਮਿਲਾਉਣੇ ਅਸੀਂ ਸਾਡੇ ਡਾਇਰੈਕਟਰ ਸਾਹਿਬ ਨਾਲ ਸਾਰਿਆਂ ਨਾਲ ਮਿਲਾਵਾਂਗੇ ਤੁਹਾਨੂੰ ਅਸੀਂ ਕਿਉਂ ਕਿਵੇਂ ਆ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ ਇਸ ਨੂੰ ਸੰਜਮ ਨਾਲ ਵਰਤੋ ਆਪਣੇ ਮਨ ਉੱਪਰ ਜਿੱਤ ਪ੍ਰਾਪਤ ਕਰਨਾ ਹੀ ਸਭ ਤੋਂ ਵੱਡੀ ਜਿੱਤ ਹੈ ਜਮਾਂ ਸਹੀ ਹੈ LKG ਇਹ ਹੈ ਭਾਰਤ ਦਾ ਨਕਸ਼ਾ ਬੜੀਆਂ ਯਾਦਾਂ ਜੁੜੀਆਂ ਹੋਈਆਂ ਵੀਰੇ ਇਹ ਸਕੂਲ ਨਾਲ ਬੜਾ ਮਨ ਖੁਸ਼ ਹੋਇਆ ਜਿੱਥੇ ਆ ਕੇ ਬੜਾ ਘੈਂਟ ਲੱਗਿਆ ਦੂਜੀ ਕਲਾਸ ਚੌਥੀ ਕਲਾਸ ਤੁਹਾਨੂੰ ਸਾਰਾ ਸਕੂਲ ਦਿਖਾਊਂ ਮੈਂ ਇਕੱਲੀ ਇਕੱਲੀ ਚੀਜ਼ ਸਾਡੇ ਸਕੂਲ ਦਾ ਤੁਹਾਨੂੰ ਗਰਾਊਂਡ ਵੀ ਦਿਖਾਊਂ ਮੈਂ UKG ਇੱਥੇ ਬਹਿੰਦਾ ਰਿਹਾ ਮੈਂ ਕਲਾਸ 'ਚ ਕੋਠੇ 'ਤੇ ਚੱਲਦੇ ਹਾਂ ਵੀਰੇ ਹੁਣ ਆਪਾਂ ਤੁਹਾਨੂੰ ਤਾਂ ਜਾ ਕੇ ਦਿਖਾਉਂਦੇ ਹਾਂ ਕੀ ਗੱਲਬਾਤ ਆ ਤਾਂ ਵੀ ਸਕੂਲ ਸਾਡਾ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਮੈਂ ਖੇਡਦਾ ਹੁੰਦਾ ਸੀ ਇੱਥੇ ਕਿਹੜਾ ਡਿੱਗ ਪੈਣਾ ਸੀ ਮੈਂ ਮੇਰੇ ਯਾਦ ਆ ਇੱਥੇ ਝੂਟੀ 'ਚ ਜਾਂਦਾ ਸੀ ਮੈਂ ਇਹਨਾਂ ਨਾਲ ਅਸੀਂ ਆਹ ਪੌੜੀਆਂ ਚੜ੍ਹ ਜਾਂਦੇ ਸੀ ਅਤੇ ਆਹ ਪੌੜੀਆਂ ਉੱਤਰ ਜਾਂਦੇ ਸੀ ਐਂ ਖੇਡਦੇ ਰਹਿੰਦੇ ਸੀ ਘੰਟਾ ਘੰਟਾ ਗਰਮੀ 'ਚ ਚੱਲਦੇ ਹਾਂ ਹੁਣ ਥੱਲੇ ਝੂਟੇ ਲੈਣਗੇ ਅੱਜ ਤਾਂ ਝੂਲਿਆਂ 'ਤੇ ਹੈ ਨਾ ਗੇਮ ਪੀੜ ਹੋਊ ਇਹਨਾਂ ਦਾ ਗਰਾਊਂਡ 'ਚ ਚੱਲਦੇ ਹਾਂ ਹੁਣ ਗਰਾਊਂਡ ਦਿਖਾਉਣੇ ਆ ਤੁਹਾਨੂੰ ਇਹ ਸਾਡਾ ਗਰਾਊਂਡ ਆ ਗਿਆ ਆ ਸਾਡੇ DP ਸਰ ਨੇ ਵੀਰੋ ਇਹ ਸਾਨੂੰ ਨਿੱਕੇ ਹੁੰਦਿਆਂ ਨੂੰ ਖੜਾਉਂਦੇ ਰਹੇ ਆ ਸਾਡਾ ਬਹੁਤ ਮੋਹ ਪਿਆਰ ਇਹਨਾਂ ਨਾਲ ਅਤੇ ਅੱਜ ਇਹਨਾਂ ਨੂੰ ਮਿਲ ਕੇ ਸਾਨੂੰ ਬੜਾ ਵਧੀਆ ਲੱਗਿਆ ਅਤੇ ਅਸੀਂ ਬਹੁਤ ਕੁਝ ਸਿੱਖਿਆ ਇਹਨਾਂ ਤੋਂ ਸਾਨੂੰ ਆਈ ਫੁੱਟਬਾਲ ਖਿਡਾਉਂਦੇ ਰਹਿੰਦੇ ਸੀ ਵਾਲੀਬਾਲ ਖਿਡਾਉਂਦੇ ਰਹਿੰਦੇ ਸੀ ਅਸੀਂ ਹੈ ਨਾ ਸਰ ਹਾਂਜੀ ਅਤੇ ਹੁਣ ਆਪਾਂ ਮਿਲਦੇ ਹਾਂਗੇ ਸਾਡੇ ਪ੍ਰਿੰਸੀਪਲ ਸਰ ਨੂੰ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਥੈਂਕ ਯੂ
सारा कुछ ग्राउंड का। हुण आपां चलदे आ स्कूल वल दुबारे ते साडे सर नूं मिलदे आ, साडे डायरैक्टर साहब नूं मिलदे आ। ਤੁਹਾਨੂੰ ਸਾਡੇ ਪ੍ਰਿੰਸੀਪਲ ਮੈਡਮ ਨਾਲ ਮਿਲਾਉਣਿਆ ਵੀਰੇ, ਉਹਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖਿਆ। ਅਸੀਂ ਇੱਥੇ ਬਸ ਜਦੋਂ ਮੈਂ ਪੰਜਵੀਂ ਤੱਕ ਇੱਥੇ ਰਿਹਾ ਹੈ ਨਾ, ਮੈਂ ਇੱਥੇ ਖੇਡਦਾ ਹੁੰਦਾ ਸੀਗਾ, ਮੈਡਮ ਸਾਨੂੰ ਬਥੇਰਾ ਕੁਛ ਸਿਖਾਉਂਦੇ ਰਹੇ ਆ। ਅੱਜ ਤੁਹਾਨੂੰ ਹੁਣ ਉਹਨਾਂ ਨਾਲ ਮਿਲਾਉਣਾ। ਇਹ ਸਾਡੇ ਪ੍ਰਿੰਸੀਪਲ ਮੈਡਮ ਨੇ ਵੀਰੇ, ਅਤੇ ਮੈਂ ਇਹਨਾਂ ਨੂੰ ਬਹੁਤ ਦਿਨਾਂ ਬਾਅਦ ਮਿਲਿਆ ਅੱਜ, ਹੈ ਨਾ ਮੈਂ। ਹਾਂਜੀ, ਇਹ ਬੱਚਾ ਰੂਬਲ ਆ ਅਤੇ ਸਾਡੇ ਕੋਲ ਹੀ ਪੜ੍ਹ ਕੇ ਗਿਆ, ਫਿਫਥ ਕਲਾਸ ਤੱਕ ਸਾਡੇ ਕੋਲ ਹੀ ਪੜ੍ਹਿਆ ਸੀ, ਵਧੀਆ ਮਾਰਕਸ ਲੈ ਕੇ ਪਾਸ ਹੋਇਆ ਸੀ ਅਤੇ ਕਾਫੀ ਮਤਲਬ ਇੰਟੈਲੀਜੈਂਟ ਬੱਚਾ ਸੀ ਇਹ ਅਤੇ ਬਾਕੀ ਠੀਕ ਆ, ਮਤਲਬ ਸਟੱਡੀ ਦੇ ਵਿੱਚ ਵੀ ਕਾਫੀ ਅੱਛਾ ਹੈ। ਅੱਗੇ ਇਹਨਾਂ ਨੇ ਕਾਫੀ ਮਤਲਬ ਇਹਦੀ ਪਹਿਚਾਣ ਵੀ ਨਹੀਂ ਆ ਰਹੀ ਅੱਜ ਸਾਨੂੰ ਕਿ ਏਡਾ ਵੱਡਾ ਹੋ ਗਿਆ ਰੂਬਲ, ਅਤੇ ਬਾਕੀ ਵਧੀਆ ਅੱਗੇ ਜਾ ਕੇ ਵੀ ਇਹ ਮਤਲਬ ਇਹਨਾਂ ਨੂੰ ਵਾਹਿਗੁਰੂ ਤਰੱਕੀ ਦੇਵੇ। ਦੇਖੋ ਹੈ ਨਾ, ਉਹ ਤਾਂ ਮੈਂ ਛੋਟਾ ਹੁੰਦਾ ਸੀਗਾ, ਇੱਥੇ ਮੈਡਮ ਕੋਲ ਖੇਡਦੇ ਰਹਿੰਦੇ ਸੀ ਹੈ ਨਾ, ਅਤੇ ਮੈਡਮ ਤੋਂ ਅਸੀਂ ਬਹੁਤ ਕੁਝ ਸਿੱਖਿਆ। ਪਰ ਹੁਣ ਜਦੋਂ ਮੈਂ ਇੱਥੇ ਵੱਡਾ ਹੋ ਗਿਆ, ਮੈਨੂੰ ਵੀ ਬਹੁਤ ਖੁਸ਼ੀ ਹੋਈ। ਪਰ ਹੁਣ ਜਿਹੜੇ ਹੁਣ ਦਾ ਟਾਈਮ ਹੈਗਾ, ਹੁਣ ਬਾਹਰ ਜਾਣ ਦਾ ਟ੍ਰੈਂਡ ਆ, ਜਿਵੇਂ ਹੁਣ ਇਹ ਸਾਡੇ ਸਕੂਲ ਦੇ ਬਾਬਾ ਕਾਲ ਸਕੂਲ ਦੇ ਬੱਚੇ ਬਥੇਰੇ ਆਇਲਸ ਕਰਕੇ ਬਾਹਰ ਜਾ ਰਹੇ ਆ, ਵੱਡੀਆਂ ਡਿਗਰੀਆਂ ਤੇ ਵੱਡੀਆਂ ਨੌਕਰੀਆਂ ਤੇ ਲੱਗੇ ਹੋਏ ਨੇ ਹੈ ਨਾ, ਤੇ ਕਈ ਫੌਜ ਵੀ ਮੈਡਮ ਬਹੁਤ ਭਰਤੀ ਹੋ ਰਹੇ ਆ ਹੈ ਨਾ। ਹਾਂਜੀ 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 ਰੂਪਲ, ਫਿਲਹਾਲ ਬਾਬਾ ਕਾਲਾ ਪਬਲਿਕ ਸਕੂਲ ਦਾ ਇਸ ਪਿੰਡ ਦੇ ਵਿੱਚ ਕਾਫੀ ਨਾਂ ਹੈ। ਕਾਫੀ ਬੱਚੇ ਸਾਡੇ ਕੇ 10th ਕਰਕੇ ਆਰਮੀ ਦੇ ਵਿੱਚ, ਅੱਗੇ ਪਲੱਸ 2 ਕਰਕੇ ਆਰਮੀ ਦੇ ਵਿੱਚ ਸਿਲੈਕਟ ਹੋਏ ਨੇ, ਤੇ ਕਾਫੀ ਬੱਚੇ ਨੇ ਜੋ ਕਿ ਮਤਲਬ ਅੱਗੇ ਜਾ ਕੇ ਪਲੱਸ 2 ਤੋਂ ਬਾਅਦ ਆਈਲੈਟਸ ਕਰਕੇ ਕਾਫੀ ਅੱਛੇ 6.5-7 ਬੈਂਡ ਲੈ ਕੇ ਕੈਨੇਡਾ ਆਸਟ੍ਰੇਲੀਆ ਗਏ ਨੇ, ਤੇ ਔਰ ਬਾਕੀ ਬੱਚੇ ਕਈ ਕਾਫੀ ਸਾਡੇ 5th ਤੋਂ ਬਾਅਦ ਜੋ ਕਿ ਨੇ ਨਵੋਦਿਆ ਦਾ ਪੇਪਰ ਕਲੀਅਰ ਕਰਕੇ ਮਤਲਬ ਐਡਮਿਸ਼ਨਾਂ ਲਈਆਂ, ਕਿ ਉਹ ਵੀ ਕਈ ਕਾਫੀ ਬੱਚੇ ਵਧੀਆ ਸਟੱਡੀ ਕਰਕੇ ਆਪਣੇ ਬਾਹਰ ਜਾ ਚੁੱਕੇ ਆ। ਸਾਡਾ ਹੈ ਏਮ ਇਹੀ ਆ ਕਿ ਬਾਬਾ ਕਾਲਾ ਪਬਲਿਕ ਹਾਈ ਸਕੂਲ ਦੇ ਦੁਗਣੀ ਰਾਹ ਚੌਗਣੀ ਤਰੱਕੀ ਕਰੇ। ਬਾਕੀ ਰੂਬਲ, ਤੁਹਾਡੇ ਇਹਨਾਂ ਨੂੰ ਮਿਲ ਕੇ ਰੂਬਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਛੋਟਾ ਜਿਹਾ ਸੀ ਜਦੋਂ ਸਾਡੇ ਕੋਲ ਪੜ੍ਹਦਾ ਹੁੰਦਾ ਸੀ, ਹੁਣ ਕਾਫੀ ਵੱਡਾ ਹੋ ਗਿਆ, ਇਹਦੀ ਪਹਿਚਾਣ ਵੀ ਨਹੀਂ ਆ ਰਹੀ, ਤੇ ਚਲੋ ਬਹੁਤ ਵਾਹਿਗੁਰੂ ਮਤਲਬ ਇਹਨੂੰ ਬਹੁਤ ਵੱਡੀਆਂ ਤਰੱਕੀਆਂ ਬਖਸ਼ੇ, ਤੇ ਵਾਹਿਗੁਰੂ ਇਹਦੀ ਲੰਬੀ ਉਮਰ ਕਰੇ, ਆਪਾਂ ਇਹ ਦੁਆ ਕਰਦੇ ਹਾਂ। ਹਾਂਜੀ ਵੀਰੇ, ਸਾਡੇ ਪ੍ਰਿੰਸੀਪਲ ਸੀ ਹੈ ਨਾ, ਬਹੁਤ ਵਧੀਆ ਲੱਗਿਆ ਮੈਡਮ ਨਾਲ ਗੱਲਾਂ ਕਰਕੇ, ਤੇ ਹੁਣ ਅਸੀਂ ਡਾਇਰੈਕਟਰ ਸਾਹਿਬ ਨਾਲ ਮਿਲਾਂਗੇ, ਤੁਹਾਨੂੰ ਡਾਇਰੈਕਟਰ ਸਾਹਿਬ ਨਾਲ ਮਿਲਾਉਂਦੇ ਹਾਂ ਜੀ। ਹੁਣ ਸਾਡੇ ਸਕੂਲ ਦੇ ਡਾਇਰੈਕਟਰ ਸਾਹਿਬ ਨਾਲ ਮਿਲਾਉਣਾ ਵੀਰੇ ਤੁਹਾਨੂੰ ਮੈਂ। ਹਾਂਜੀ ਇਹ ਸਾਡੇ ਡਾਇਰੈਕਟਰ ਸਾਹਿਬ ਨੇ ਵੀਰੇ, ਅਤੇ ਇਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ, ਇਹਨਾਂ ਤੋਂ ਵੀ, ਅਤੇ ਅਸੀਂ ਇੱਥੇ ਖੇਡਦੇ ਰਹੇ ਹਾਂ ਹੈ ਨਾ, ਸਾਨੂੰ ਬਹੁਤ ਕੁਝ ਸਿਖਾਉਂਦੇ ਰਹੇ ਆ ਜੀ, ਅਤੇ ਸਾਰਾ ਦਿਨ ਦੇ ਟਾਈਮ ਵਾਲਾ ਆ ਹੈ ਨਾ, ਸਾਨੂੰ ਬਹੁਤ ਖੁਸ਼ੀ ਹੋਈ। ਹਾਂਜੀ, ਫਸਟ ਤੋਂ ਲੈ ਕੇ ਫਿਫਥ ਤੱਕ ਰਹੇ ਹਾਂ ਜੀ ਇੱਥੇ, ਬਹੁਤ ਵਧੀਆ ਪ੍ਰੋਗਰਾਮ। ਹਾਂਜੀ ਬਹੁਤ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਦੇਖਦੇ ਹਾਂ। ਹਾਂਜੀ ਹਾਂਜੀ, ਅਤੇ ਸਾਡੇ ਤਾਂ ਬੱਚੇ ਕੁਛ ਪੜ੍ਹੇ ਕੁਛ ਨਾ ਕੁਛ ਆਪਦੇ ਰੁਜ਼ਗਾਰ ਦੇ ਵਿੱਚ ਅੱਗੇ ਵੀ ਵੱਧ ਰਹੇ। ਹਾਂਜੀ ਬਹੁਤ ਬਹੁਤ ਵਧੀਆ। ਹਾਂਜੀ, ਇਹ ਸਾਡੇ ਡਾਇਰੈਕਟਰ ਸਾਹਿਬ ਸੀ ਵੀਰੇ, ਅਤੇ ਇਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਿਆ। ਗਈ ਹੁਣ ਚੱਲਦੇ ਹਾਂ ਆਪਾਂ, ਦੇਖਦੇ ਹਾਂ ਅੱਗੇ ਜਾ ਕੇ ਕੀ ਬਣਦਾ। ਸਾਰਿਆਂ ਨੂੰ ਮਿਲਦੇ ਹਾਂ ਵੀਰੇ ਹੈ ਨਾ, ਡਾਇਰੈਕਟਰ ਸਾਹਿਬ ਨੂੰ ਵੀ ਮਿਲਦੇ ਹਾਂ, ਅਤੇ ਸਾਰੇ ਟੀਚਰਸ ਨੂੰ ਮਿਲਦੇ ਹਾਂ, ਗਰਾਊਂਡ ਦੇਖ ਲਿਆ, ਸਾਰੇ ਬੱਚੇ ਦੇਖ ਲਏ, ਆਪਾਂ ਖੇਡਦੇ ਵੀ ਦੇਖ ਲਏ, ਅਤੇ ਸਾਰੇ ਟੀਚਰ ਨਾਲ ਮਿਲ ਕੇ ਬੜਾ ਵਧੀਆ ਲੱਗਿਆ। ਕਹਿੰਦੇ ਰੁੱਬਲ ਤੂੰ ਆ ਗਿਆ, ਮੈਨੂੰ ਅੱਧਾ ਨੇ ਤਾਂ ਆਪ ਹੀ ਪਛਾਣ ਲਿਆ ਸੀਗਾ, ਅਤੇ ਬੜਾ ਵਧੀਆ ਲੱਗਿਆ। ਅਤੇ ਹੁਣ ਆਪਾਂ ਚੱਲਦੇ ਹਾਂ ਘਰੇ, ਅਤੇ ਦੱਸਿਓ ਮੈਨੂੰ ਕਮੈਂਟਾਂ 'ਚ ਦੱਸਿਆ ਵੀ ਸਕੂਲ ਮੇਰਾ, ਮੈਂ ਇੱਥੇ ਫਸਟ ਤੋਂ ਲੈ ਕੇ ਪੰਜਵੀਂ ਤੱਕ ਪੜ੍ਹਦਾ ਰਿਹਾ, ਵੀ ਮੇਰਾ ਸਕੂਲ ਤੁਹਾਨੂੰ ਕਿਵੇਂ ਲੱਗਿਆ ਹੈ ਨਾ। ਅਤੇ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਮੇਰਾ ਸਕੂਲ, ਪਰ ਜਿੱਥੇ ਆਪਾਂ ਪੜ੍ਹਦੇ ਹੋਈਏ ਨਾ, ਆਪਾਂ ਨੂੰ ਉਹ ਸਕੂਲ ਬੜਾ ਸੋਹਣਾ ਲੱਗਣ ਲੱਗ ਜਾਂਦਾ, ਉਹਦੇ ਨਾਲ ਯਾਦਾਂ ਜੁੜੀਆਂ ਹੁੰਦੀਆਂ। ਅਤੇ ਮਿਲਦੇ ਹਾਂ ਵੀਰੇ ਅਗਲੇ ਵਲੋਗ 'ਚ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।